31 जनवरी को मौड़ मंडी में कांग्रेसी प्रत्याशी हरमिंदर सिंह जस्सी की चुनावी सभा में बम ब्लास्ट के बाद पुलिस अभी तक दोषियों तक पहुंचने में नाकाम रही है। पहले एक को हिरासत में लेकर जांच की थी, जिसके बाद में परिवार के विरोध के बाद छोड़ दिया गया था। वहीं शनिवार को पुलिस ने कम्युनिस्टों से जुड़े संगठन के नेता सुखमिंदर सिंह को हिरासत में लेकर पूछताछ की। इससे पहले पुलिस ने घर में छापामारी भी की, जिस मामले में भी संगठन ने अपना विरोध जताया है। लोक संग्राम मंच की सुखविंदर कौर, लोकराज इनकलाबी केंद्र के मुख्तियार फूला, भारतीय किसान उन क्रांतिकारी के सुरजीत सिंह फूल ने प्रेस क्लब में आरोप लगाया कि पुलिस जानबूझकर असल दोषियों को बचाने के लिए जांच को गलत दिशा में लेकर जा रही है। नेताओं ने कहा कि ब्लास्ट की घटना असामाजिक तत्वों की तरफ से माहौल खराब करने के लिए अंजाम दी गई, जिसकी वह निंदा करते हैं। उन्होंने चेतावनी दी कि अगर भविष्य में दोबारा ऐसा हुआ तो वह इसके खिलाफ प्रदर्शन करने से गुरेज नहीं करेंगे। सभी नेताओं ने बठिंडा के एसएसपी स्वपन शर्मा से मुलाकात करके मांग की कि इस ब्लास्ट के असल आरोपियों को गिरफ्तार किया जाए। इसके विच बेगुनाह बंदे नु परेशान किया जा रहा है ते जेडे हुण तक इन्होंने बंदे फड़े भी कुलवीर सिंह भी फड़े आ भावे ओह खोखर वाले मुंडे फड़े आ ओह कोई सीरियस इन्हां दी इन्वेस्टिगेशन नु नहीं दिखाउंदे ओह एवें थुक्की जिवें अक्के पक्के हत्थ मारना हुंदा की बनाहे ओही जी गल है ओह बंद होनी चाहीदी है। जेडे असल दोषी है उन्हां कोल नहीं सिद्ध होनी चाहीदी है। ਜਿਹੜੇ ਆਮ ਜਿਹੜੇ ਲੋਕ ਆਗੂ ਹੈ ਜਾਂ ਉਹਨਾਂ ਵੱਲ ਜਿਹੜੀ ਇਹਨਾਂ ਦੇ ਫੜੋ ਬਣਾਈ ਹੁੰਦੀ ਹੈ ਉਹ ਬੰਦ ਕਰ ਦੇ। ਇਸ ਸਮਾਜ ਤੁਸੀਂ ਐਸਐਸਪੀ ਨੂੰ ਮਿਲੋਗੇ? ਅਸੀਂ ਇਸ ਸੰਬੰਧ 'ਚ ਐਸਐਸਪੀ ਨੂੰ ਮਿਲਾਂਗੇ। ਅਸੀਂ ਉਹਨਾਂ ਨੂੰ ਇਹ ਦੱਸਾਂਗੇ ਸਾਰੀ ਗੱਲ ਵੀ ਬੰਦ ਕਰੋ। ਜੇ ਉਹਨਾਂ ਨੇ ਨਾ ਬੰਦ ਕੀਤੀ ਤਾਂ ਅਸੀਂ ਇਹਦੇ ਵਿੱਚ ਜਨਤਕ ਜਥੇਬੰਦੀਆਂ ਵੱਲੋਂ ਜਿਵੇਂ ਬਰਗਾੜੀ ਗਾਰਡ 'ਤੇ ਐਜੀਟੇਸ਼ਨ ਲਾਂਚ ਹੋਈ ਹੈ ਅਸੀਂ ਇਹਦੇ 'ਚ ਐਜੀਟੇਸ਼ਨ ਵੀ ਲਾਂਚ ਕਰਾਂਗੇ। ਅੱਛਾ, ਕਹਿੰਦਾ ਸੀ ਜਿਹੜੇ ਬੇਕਸੂਰ ਬੰਦੇ ਮਾਰੇ ਗਏ ਸੀ, ਬੱਚੇ ਮਾਰੇ ਗਏ ਸੀ, ਉਹਨਾਂ ਨੂੰ ਤੁਸੀਂ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਜੀ ਉਹਨਾਂ ਵਾਸਤੇ ਪਹਿਲੀ ਗੱਲ ਤਾਂ ਜਿਹੜੇ ਫੱਟ ਜਿਹੜੇ ਮਾਰੇ ਗਏ ਆ ਉਹਨਾਂ ਨੂੰ ਹੁਣ ਤੱਕ ਜਿਹੜਾ ਇਹਨਾਂ ਨੇ ਇਹੋ ਜਿਹੇ ਹਾਦਸਿਆਂ ਦੇ ਵਿੱਚ ਵੱਧ ਤੋਂ ਵੱਧ ਇਹਨਾਂ 10 ਲੱਖ ਰੁਪਏ ਦਿੱਤਾ ਤਾਂ ਵੀ ਘੱਟੋ ਘੱਟ 10 ਲੱਖ ਤਾਂ ਦੇਣ। ਜਿਹੜੇ ਇਹਨਾਂ 5 ਲੱਖ ਹੈ ਉਹ ਐਵੇਂ ਨਾ ਮਾਤਰਾ ਹੈ, ਉਹਨਾਂ ਦਾ ਮਜ਼ਾਕ ਹੈ। ਜਿਹੜੇ ਫੱਟੜਾਂ ਨੂੰ ਇਹ 25-25 ਹਜ਼ਾਰ ਦੇ ਰਹੇ ਹੈ ਉਹ ਵੀ ਨਾ ਮਾਤਰਾ ਹੈ। ਉਹਨਾਂ ਨੂੰ ਵੀ ਉਹਨਾਂ ਦਾ 25-25 ਹਜ਼ਾਰ ਤਾਂ ਇੱਕ ਪਹਿਲਾਂ ਲਾਜ 'ਤੇ ਲੱਗ ਗਿਆ, ਉਹ ਵੀ ਘੱਟੋ ਘੱਟ 10 ਲੱਖ ਰੁਪਏ ਉਹਨਾਂ ਦਾ ਲਾਜ 'ਤੇ ਹੋਣਾ ਚਾਹੀਦਾ ਅਤੇ ਦੂਜਿਆਂ ਦਾ 10 ਘੱਟੋ ਘੱਟ 10 ਲੱਖ ਤੋਂ ਘੱਟ ਨਹੀਂ ਹੋਣਾ ਚਾਹੀਦਾ ਜੀ, ਉਹਨਾਂ ਦੀ ਸਹਾਇਤਾ ਹੋਣੀ ਚਾਹੀਦੀ। ਠੀਕ ਠੀਕ ਕੀ ਕਹਿਣਾ ਚਾਹੋਗੇ ਜਿਹੜੀ ਕਾਨਫਰੰਸ ਕੀਤੀ ਹੈ, ਕੀ ਮੰਗ ਕਰਦੇ ਹੋ? ਅਸੀਂ ਇੱਕ ਪਹਿਲੀ ਸਾਡੀ ਡਿਮਾਂਡ ਇਹ ਹੈ ਕਿ ਜਿਹੜੇ ਮੌੜ ਬਲਾਸਟ ਕਾਂਡ ਦੇ ਅਸਲ ਦੋਸ਼ੀ ਨੇ ਉਹ ਫੜੇ ਜਾਣੇ ਚਾਹੀਦੇ ਆ, ਕਿਉਂਕਿ ਉੱਥੇ ਨਿਰਦੋਸ਼ ਲੋਕ ਮਾਰੇ ਗਏ ਆ। ਅਗਲੀ ਸਾਡੀ ਗੱਲ ਇਹ ਹੈ ਕਿ ਜਿਹੜੇ ਲੋਕ ਆਗੂ ਨੇ ਉਹਨਾਂ ਨੂੰ ਜਿਹੜਾ ਹਰਾਸ਼ ਕਰ ਰਹੀ ਹੈ ਪੁਲਿਸ ਉਹ ਬੰਦ ਕਰੇ, ਉਹਨਾਂ ਨੂੰ ਬਦਨਾਮ ਕਰ ਰਹੇ, ਕਿਉਂਕਿ ਦੋਨੇ ਹੀ ਜਿਹੜੇ ਆਗੂਆਂ ਨੂੰ ਇਹਨਾਂ ਨੇ ਇੱਕ ਨੂੰ ਫੜ ਕੇ ਵੀ ਲਿਆਂਦਾ, ਦੂਜੇ ਦੇ ਘਰ ਛਾਪਾ ਮਾਰਿਆ ਹਰਪਿੰਦਰ ਜਲਾਲ ਦੇ, ਦੋਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਸਾਫ਼ ਆ, ਸਪਸ਼ਟ ਆ, ਲੋਕਾਂ ਦੇ ਹੱਕਾਂ 'ਚ ਕੰਮ ਕਰਨ ਵਾਲੀ ਆ, ਕੰਮ ਕਰਦੇ ਹੋਏ ਪੁਲਿਸ ਦਾ ਜ਼ਬਰ ਚੱਲਣ ਵਾਲੀ ਆ। ਸੋ ਇਸ ਹਾਲਤ ਦੇ ਵਿੱਚ ਇਸ ਤਰ੍ਹਾਂ ਸੋਚਣਾ, ਉਹਨਾਂ ਨੂੰ ਬਦਨਾਮ ਕਰਨਾ। ਬਠਿੰਡਾ ਸੇ ਜਾਟ ਟੀਵੀ ਨਿਊਜ਼ ਕੇ ਲੀਏ ਕੁਨਾਲ ਬਾਂਸਲ ਕੀ ਰਿਪੋਰਟ।